ਸਰ ਅੱਜ ਜਿਹੜਾ ਜਮਸ਼ੇਰ ਥਾਣੇ ਆਏ ਤੁਸੀਂ ਕੀ ਮਾਮਲਾ ਕੀ ਹੈ ਜੀ? ਸਰ ਇਸ ਤਰ੍ਹਾਂ ਅਸੀਂ ਨਾ ਇੱਕ ਪਲਾਟ ਦਾ ਸੌਦਾ ਕੀਤਾ ਹੋਇਆ ਸੀ ਮੋਹਨ ਲਾਲ ਨਾਲ, ਜਿਸ ਦੀ ਕਿ ਡੇਟ ਹਜੇ ਰਹਿੰਦੀ ਹੈ 22/4/2023 ਤੱਕ ਡੇਟ ਹੈ। ਸਰਪੰਚ ਪ੍ਰੋਪਰਟੀ ਡੀਲਰ ਹੈ ਸਰਪੰਚ, ਅਤੇ ਉਹਦੀ ਵਾਈਫ ਹੈ ਸਰਪੰਚ ਹੈ। ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਅੱਜ ਆ ਜਾਓ, ਇੱਕ ਦਿਨ ਪਹਿਲਾਂ 16 ਤਰੀਕ ਡੇਟ ਸੀ, ਜੋ 5 ਦਿਨ ਵਧੇ ਹੋਏ ਆ, 22/5/22/4 ਤੱਕ ਡੇਟ ਹੈ। ਸਾਨੂੰ ਉਹਨਾਂ ਨੇ 3:45 ਦਾ ਟਾਈਮ ਦਿੱਤਾ ਕਿ ਅਸੀਂ ਇੱਥੇ ਪਹੁੰਚ ਜਾਵਾਂਗੇ। ਅਸੀਂ 3:45 ਤੋਂ ਲੈ ਕੇ 4:45 ਤੱਕ ਸਰਪੰਚ ਸਾਹਿਬ ਦੇ ਘਰ ਬੈਠੇ ਰਹੇ। ਇਹਨਾਂ ਵਿੱਚੋਂ ਜਿਹੜੇ ਬੰਦੇ ਨਾਲ ਗੱਲਬਾਤ ਕਰਨੀ ਸੀ ਉਹ ਬੰਦਾ ਸਾਡੇ ਕੋਲ ਕੋਈ ਵੀ ਨਹੀਂ ਆਇਆ। 4:45 ਛੋਰੂ ਰਾਮ ਆਇਆ, ਜਿਹਦਾ ਕਿ ਉਹਨਾਂ ਦਾ ਪ੍ਰੋਪਰਟੀ ਡੀਲਰ ਦੇ ਨਾਲ ਉਹਨਾਂ ਦਾ ਮੋਹਨ ਲਾਲ ਦਾ ਦਲਾਲ ਹੈ ਸਾਡਾ, ਸੀ ਸਰਪੰਚ। ਅਸੀਂ ਸਰਪੰਚ ਸਾਹਿਬ ਦੇ ਕਹਿਣ 'ਤੇ ਆ ਗਏ। ਛੋਰੂ ਰਾਮ ਨੂੰ ਅਸੀਂ 4:45 ਕਿਹਾ ਵੀ ਛੋਰੂ ਰਾਮ ਜੀ, ਅਸੀਂ ਸਰਪੰਚ ਸਾਹਿਬ, ਅਸੀਂ ਟਾਈਮ ਦਿੱਤਾ ਹੈ ਕਿਸੇ ਬੰਦੇ ਨੂੰ 4 ਵਜੇ ਸਿਟੀ ਦੇ ਵਿੱਚ, ਫਿਰ ਜਲੰਧਰ ਸਿਟੀ 'ਚ ਮਿਲਣ ਦਾ, ਅਸੀਂ ਉਹਨਾਂ ਨੂੰ ਮਿਲਣਾ, ਸਾਨੂੰ ਜ਼ਰੂਰੀ ਹੈ ਕੰਮ, ਆਪਾਂ ਆ ਕੇ ਫਿਰ ਗੱਲ ਕਰ ਲਵਾਂਗੇ। ਅਸੀਂ ਉੱਥੇ ਚਲੇ ਗਏ, ਉੱਥੇ ਸਾਡੀ ਗੱਲ 1.5 ਘੰਟੇ ਬਾਅਦ ਖਤਮ ਹੋ ਗਈ। 5:45 ਅਸੀਂ ਉੱਥੋਂ ਵਿਹਲੇ ਹੋ ਗਏ। ਅਸੀਂ ਫਿਰ ਫੋਨ ਕੀਤਾ ਸਰਪੰਚ ਸਾਹਿਬ ਨੂੰ, ਸਰਪੰਚ ਸਾਹਿਬ ਕਹਿੰਦਾ ਮੈਂ ਉਹਨਾਂ ਨੂੰ ਬੁਲਾ ਲੈਂਦਾ, ਤੁਸੀਂ ਆ ਜਾਓ, ਆਪਾਂ ਅੱਜ ਇਹਨੂੰ ਗੱਲ ਨੂੰ ਨਿਬੇੜ ਦਈਏ। ਅਸੀਂ ਕਿਹਾ ਠੀਕ ਹੈ ਜੀ, ਅਸੀਂ ਆ ਜਾਂਦੇ ਹਾਂ। ਅਸੀਂ ਦੋਵੇਂ, ਮੈਂ ਅਤੇ ਮੇਰਾ ਸਾਂਢੂ ਸ਼ਾਮ ਲਾਲ, ਜਿਹਦੇ ਨਾਮ ਕਿ ਸਾਰੇ ਕਾਗਜ਼ਾਤ ਨੇ ਸ਼ਸ਼ੀ ਮੋਹਨ ਕਾਲੀ ਦੇ ਨਾਮ ਨੇ, ਅਸੀਂ ਦੋਵੇਂ ਦੁਬਾਰਾ ਜਮਸ਼ੇਰ ਸਰਪੰਚ ਸਾਹਿਬ ਦੇ ਘਰ ਆ ਗਏ। ਆ ਕੇ ਉਹਨਾਂ ਨਾਲ ਸਾਰੀ ਬਾਤ ਗੱਲਬਾਤ ਕੀਤੀ। ਇਹ ਬੰਦੇ ਸਾਡੇ ਆਉਣ ਤੋਂ ਪਹਿਲਾਂ ਉੱਥੇ ਨਹੀਂ ਮੌਜੂਦ ਸੀ। ਅਸੀਂ ਇਹਨੇ ਵਿੱਚ ਕੀ ਕੀਤਾ, ਅਸੀਂ ਕਿਹਾ ਵੀ ਚਲੋ ਅਸੀਂ ਪਲਾਟ 'ਤੇ ਇੱਕ ਵਾਰੀ ਗੇੜਾ ਮਾਰੀਏ। ਅਸੀਂ ਪਲਾਟ 'ਤੇ ਗੇੜਾ ਮਾਰਨ ਆਏ, ਮੋਹਨ ਲਾਲ ਜਿਹਦੇ ਮਗਰ ਛੋਰੂ ਰਾਮ ਬੈਠਾ ਹੋਇਆ ਸੀ, ਜਿਹੜਾ ਕਿ ਉਹਨਾਂ ਦਾ ਦਲਾਲ ਹੈ, ਇਹ ਦੋਵੇਂ ਜਣੇ ਸਾਡੇ ਕੋਲ ਉੱਥੇ ਆ ਗਏ। ਅਸੀਂ ਗੱਲਬਾਤ ਜਾਰੀ ਕੀਤੀ ਵੀ ਦੇਖੋ 22 ਤਰੀਕ ਆ, ਅਸੀਂ ਕੋਈ ਗੱਲ ਨਹੀਂ, ਅਸੀਂ ਕਰਦੇ ਪਏ ਹਾਂ ਗੱਲ ਉਹਨਾਂ ਨਾਲ, ਜਿਵੇਂ ਗੱਲ ਸਿਰੇ ਚੜ ਜਾਏਗੀ ਅਸੀਂ ਤੁਹਾਨੂੰ ਇਤਲਾਹ ਕਰ ਦਿਆਂਗੇ। ਜਦੋਂ ਸਾਡੀ ਗੱਲਬਾਤ ਕਿਸੇ ਗੱਲ 'ਤੇ, ਉਹ ਕਹਿੰਦਾ ਨਹੀਂ ਜੀ, ਅਸੀਂ ਤਾਂ ਪੈਸੇ ਅੱਜ ਲੈ ਕੇ ਜਾਣ ਦੇਣਾ ਤੁਹਾਨੂੰ, ਅਸੀਂ ਜਾਣ ਨਹੀਂ ਦੇਣਾ, ਅਸੀਂ ਫਲਾਣਾ ਜਾਣਾ। ਅਸੀਂ ਬੜੀਆਂ ਮਿੰਨਤਾਂ ਕੀਤੀਆਂ, ਬੜਾ ਕੁਛ ਚੱਲਦਾ ਰਿਹਾ, ਸਾਡੀ ਉਹਨਾਂ ਨੇ ਇੱਕ ਗੱਲ ਨਹੀਂ ਸੁਣੀ। ਜਦੋਂ ਅਸੀਂ ਵਾਰ ਵਾਰ ਇੱਕ ਗੱਲ ਕਹੀ ਜਾਵੇ, ਉਹ ਮੈਨੂੰ ਘਰੇ ਕੰਮ ਹੈ ਮੈਂ ਚੱਲਿਆ, ਸਾਨੂੰ ਘਰੇ ਕੰਮ ਹੈ ਮੈਂ ਚੱਲਿਆ। ਮੈਂ ਕਿਹਾ ਜੀ ਅਸੀਂ ਬਾਬੂ ਜੀ, ਬਾਬੂ ਮੋਹਨ ਲਾਲ ਜੀ, ਅਸੀਂ ਫਿਰੋਜ਼ਪੁਰੋਂ ਆ ਕੇ 3:45 ਦੇ ਆਏ ਹਾਂ, ਤੁਸੀਂ 1 ਘੰਟਾ ਸਾਡੀ ਵੇਟ ਕਰਨ ਤੋਂ ਬਾਅਦ ਅਸੀਂ ਸਿਟੀ ਗਏ ਹਾਂ, ਤੋਂ ਬਾਅਦ ਫਿਰ ਅਸੀਂ ਆ ਗਏ ਹਾਂ। ਜੇ ਸਾਡੇ ਦਿਲ 'ਚ ਕੋਈ ਪਾਪ ਹੋਵੇ ਅਸੀਂ ਬਿਲਕੁਲ ਤੁਹਾਡੇ ਕੋਲ ਨਾ ਆਉਂਦੇ, ਅਸੀਂ ਇਸੇ ਕਰਕੇ ਆਏ ਵੀ ਚਲੋ ਜੇ ਨਿਬੜਦਾ ਤਾਂ ਨਿਬੇੜ ਲਈਏ। ਬਾਬੂ ਜੀ ਕਿਸੇ ਗੱਲ 'ਤੇ ਨਹੀਂ ਆਏ, ਜਦੋਂ ਨਹੀਂ ਆਏ ਅਸੀਂ ਕਹਿੰਦੇ ਤੁਸੀਂ ਜਾ ਕੇ ਦਿਖਾਓ। ਅਸੀਂ ਕਿਹਾ ਫਿਰ ਜਾਂਦੇ ਹਾਂ, ਅਸੀਂ ਕੀ ਕਰੀਏ? ਜਦੋਂ ਅਸੀਂ ਜਾਣ ਲੱਗੇ, ਮੋਹਨ ਲਾਲ ਨੇ ਇੱਟ ਲੈ ਕੇ ਸਾਡੇ ਇੱਟ ਚੱਕ ਲਈ। ਮੈਂ ਮੋਹਨ ਲਾਲ ਨੂੰ ਇਹ ਪੁੱਛਿਆ ਵੀ ਇਹ ਇੱਟ ਮੇਰੇ ਮਾਰਨੀ ਹੈ ਕਿ ਮੇਰੇ ਸਾਂਢੂ ਸ਼ਾਮ ਲਾਲ ਦੇ ਮਾਰਨੀ ਹੈ ਕਿ ਮੇਰੀ ਕਾਰ 'ਤੇ ਮਾਰਨੀ ਹੈ? ਪਰ ਉਹ ਇੱਟ ਸਾਡੇ ਮਾਰ ਨਹੀਂ ਸਕਿਆ, ਮਜਬੂਰੀ ਉਹੋ ਦੀ ਹੋ ਗਈ, ਸਾਡੀ ਗੱਡੀ ਅੱਗੇ ਖੜ੍ਹ ਗਿਆ। ਉਹਨੇ ਫੋਨ ਕੀਤੇ ਆਪਣੇ ਰਿਸ਼ਤੇਦਾਰ, ਜਿਹੜਾ ਕਿ ਵਿਰਦੀ ਸ਼ਟਰਿੰਗ ਦਾ ਕੰਮ ਕਰਦਾ, ਸ਼ਟਰਿੰਗ ਦਾ ਕੰਮ ਦਾ, ਉਹ ਮੌਕੇ 'ਤੇ 6-7 ਬੰਦੇ ਲੈ ਕੇ ਆਏ, ਪਛਾਤੇ ਬੰਦੇ ਜਿਨ੍ਹਾਂ ਨੂੰ ਅਸੀਂ ਬਿਲਕੁਲ ਨਹੀਂ ਜਾਣਦੇ, ਉਹ ਨਾਲ ਲੈ ਕੇ ਆ ਗਿਆ। ਹਥਿਆਰਾਂ ਨਾਲ ਇਹ ਬੰਦੇ ਸਾਰੇ ਲੈਸ ਸੀਗੇ, ਸਾਨੂੰ ਮਤਲਬ ਜਿਵੇਂ ਬੰਦੀ ਬਣਾਇਆ ਜਾਂਦਾ ਉਵੇਂ ਬੰਦੀ ਬਣਾਇਆ। ਸਾਡੇ ਫੋਨ, ਸਾਨੂੰ ਫੋਨ ਨਹੀਂ ਕਰਨ ਦਿੱਤੇ ਗਏ। ਸਾਨੂੰ 4 ਘੰਟੇ ਬੰਦੀ ਬਣਾਉਣ ਤੋਂ ਬਾਅਦ ਮਸਾਂ ਕਿਸੇ ਗੱਲ 'ਤੇ ਆਏ। ਉਸ ਤੋਂ ਬਾਅਦ ਮੈਂ ਆਪਣੇ ਬੇਟੇ, ਮੈਂ ਅਸ਼ੋਕ ਸ਼ਰਮਾ ਨੇ ਆਪਣੇ ਬੇਟੇ ਤ੍ਰਿਪੂ ਸ਼ਰਮਾ ਨੂੰ ਫੋਨ ਕੀਤਾ, ਜਿਨ੍ਹਾਂ ਨੇ ਕਿ SSP ਸਾਹਿਬ ਨੂੰ ਫੋਨ ਕੀਤਾ। SSP ਸਾਹਿਬ ਵੱਲੋਂ ਮੇਰੇ ਬੇਟੇ ਦਾ ਫੋਨ ਅਟੈਂਡ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਮੇਰੇ ਬੇਟੇ ਨੇ ਸਪਨ ਸ਼ਰਮਾ ਜੀ, ਜੋ ਕਿ ਇੱਥੇ IG ਨੇ, ਉਹਨਾਂ ਨੂੰ ਫੋਨ ਕੀਤਾ। ਉਸ ਤੋਂ ਬਾਅਦ ਮੌਕੇ ਵਾਰਦਾਤ 'ਤੇ ਪੁਲਿਸ ਆਈ, ਗੁਲਜ਼ਾਰ ਸਿੰਘ SI ਸਮੇਤ ਪਾਰਟੀ ਮੌਕੇ 'ਤੇ ਪਹੁੰਚੇ। ਸਾਨੂੰ ਉਹਨਾਂ ਤੋਂ ਬੰਦੀ ਬਣੇ ਤੋਂ ਛਡਾਇਆ ਗਿਆ। ਅਸੀਂ ਹੁਣ ਮੌਕੇ 'ਤੇ ਥਾਣੇ ਆਏ ਹਾਂ, ਦਰਖਾਸਤ ਲਿਖ ਕੇ ਦੇ ਚੱਲੇ ਹਾਂ, ਅਤੇ ਬਣਦੀ ਕਾਰਵਾਈ ਵਾਸਤੇ ਸਹਿਯੋਗ ਚਾਹੁੰਦੇ ਹਾਂ। ਠੀਕ, ਹਾਂਜੀ ਸਰ। ਮੈਂ ਰੋਹਿਤ ਜੋਸ਼ੀ, ਕਾਰਿਆਕਰਨੀ ਪੰਜਾਬ ਪੈਦਲ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਤੋਂ। ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਕੁਛ ਫਿਰੋਜ਼ਪੁਰ ਤੋਂ ਜਿਹੜੇ ਹੈਗੇ ਆ ਮੇਰੇ ਦੋਸਤ, ਮੇਰੇ ਸੱਜਣ ਕੋਈ ਹੈਗੇ ਸੀ, ਉਹਨਾਂ ਨੇ ਇਤਲਾਹ ਕੀਤੀ ਕਿ ਇੱਥੇ ਮੇਰੇ ਜਿਹੜੇ ਘਰ ਦੇ ਹੈਗੇ ਉਹਨਾਂ ਨੂੰ ਜਿਹੜਾ ਬੰਦੀ ਬਣਾ ਕੇ ਰੱਖਿਆ ਗਿਆ ਵਾ। ਉਹਨਾਂ ਦੇ ਕਹਿਣ 'ਤੇ ਆਪਾਂ 10:30 ਦਾ ਇਹ ਟਾਈਮ ਸੀ ਜਦੋਂ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਦਿੱਤੀ। ਆਪਾਂ ਇਮੀਡੀਏਟਲੀ ਜਿਹੜੀ ਇਹ ਪੁਲਿਸ ਕਮਿਸ਼ਨਰ ਜਿਹੜੀ ਚਾਹਲ ਸਾਹਿਬ ਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਹੈਗੀ, ਹਾਂਜੀ ਇੱਥੇ ਕੁਛ ਬੰਦੇ ਆਪਣੇ ਜਿਹੜੇ ਰਿਸ਼ਤੇਦਾਰ ਸੀ ਜਿਨ੍ਹਾਂ ਦਾ ਕਾਲ ਆਇਆ ਸੀ ਕਿ ਇੱਥੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਅੱਗੇ ਜਿਹੜੇ ਹੈਗੇ ਬੰਦੀ ਬਣਾਇਆ ਗਿਆ ਵਾ, ਕੁਛ ਰੀਜ਼ਨ ਮੈਟਰ ਕਾਰਨ ਜਿਹੜਾ ਸਾਨੂੰ ਪਤਾ ਨਹੀਂ ਸੀ। ਉਹਦੇ ਕਾਰਨ ਆਪਾਂ ਜਮਸ਼ੇਦ ਥਾਣੇ ਦੇ ਵਿੱਚ ਆਏ, SHO ਸਾਹਿਬ ਨਾਲ ਗੱਲ ਹੋਈ ਹੈ, ਕਮਿਸ਼ਨਰ ਸਾਹਿਬ ਨਾਲ ਗੱਲ, DC ਸਾਹਿਬ ਨਾਲ ਗੱਲ ਹੋਈ ਹੈ।
ਤੇ ਇਹ ਸਾਰੀ ਜਾਂਚ ਪੜਤਾਲ ਤੋਂ ਪਤਾ ਲੱਗਿਆ ਵਾ ਕਿ ਕੁਛ ਪਲਾਟ ਦਾ ਮਾਮਲਾ ਸੀ ਜਿਹਦੀ ਡੇਟ ਆਲਰੇਡੀ 22 ਤਰੀਕ ਦੀ ਸੀ ਅਤੇ ਧੋਖੇ ਦੇ ਨਾਲ ਇਹ ਬੰਦਿਆਂ ਨੇ ਪੂਰੀ ਦੀ ਪੂਰੀ ਇੱਕ ਸਾਜਿਸ਼ ਰਚ ਕੇ ਜਿਹੜਾ ਹੈਗਾ ਵਾ ਇਹਨਾਂ ਨੂੰ ਬੁਲਾਇਆ ਗਿਆ ਬਜ਼ੁਰਗ ਬੰਦਿਆਂ ਨੂੰ ਜਿਹੜੇ ਸੀਨੀਅਰ ਸਿਟੀਜ਼ਨ ਹੈਗੇ ਆ ਅਤੇ ਉਹਨਾਂ ਨੂੰ 4 to 5 ਘੰਟੇ ਬੰਦੀ ਬਣਾ ਕੇ ਔਰ ਹਥਿਆਰ ਦਿਖਾ ਕੇ ਡਰਾਇਆ ਧਮਕਾਇਆ ਗਿਆ ਵਾ ਜਿਹੜੀ ਕਿ ਸ਼ਿਵ ਸੈਨਾ ਔਰ ਸਾਰੀ ਸਮੁੱਚੀ ਟੀਮ ਜਿਹੜੀ ਜ਼ਿਲ੍ਹੇ ਦੀ ਹੈ ਮੇਰੇ ਨਾਲ ਜਿਹੜੇ ਪ੍ਰਿੰਸ ਬਾਘਾ ਜੀ ਜ਼ਿਲ੍ਹਾ ਪ੍ਰਧਾਨ ਜਿਹੜੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਤੋਂ ਨਵੀਂ ਤਲਵਾਰ ਜੀ ਯੁਵਾ ਪ੍ਰਧਾਨ ਹੈ ਗੌਰਵ ਜੀ ਔਰ ਸਾਰੇ ਸੰਦੀਪ ਜੀ ਔਰ ਸਾਰੇ ਉਹਨਾਂ ਦੇ ਨਾਲ ਜਿਹੜੇ ਰਵੀ ਜੀ ਦਰਪਨ ਜੀ ਇਹ ਜਿਹੜੇ ਵੀ ਸਾਰੇ ਇੱਥੇ ਆਏ ਹੈ ਸਾਰੀ ਸਮੁੱਚੀ ਟੀਮ ਦੇ ਵਿੱਚ ਹੈ ਅੱਜ ਆਸ਼ਵਾਸਨ ਦਿੱਤਾ ਵਾ ਸੱਚੋ ਸਾਹਿਬ ਨੇ ਕਿ ਇਹਦੇ 'ਤੇ ਬੰਦੀ ਕਾਰਵਾਈ ਜੋ ਵੀ ਪਰਚਾ ਹੈਗਾ ਵਾ ਕਿਡਨੈਪਿੰਗ ਦਾ ਉਹ ਸਵੇਰ ਤੱਕ ਦਰਜ ਕੀਤਾ ਜਾਏਗਾ ਅਗਰ ਨਹੀਂ ਦਰਜ ਕੀਤਾ ਜਾਏਗਾ ਤਾਂ ਇਹਦੀ ਜਿਹੜੀ ਹੈਗੀ ਕੰਪਲੇਂਟ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਵੀ ਦਰਜ ਕਰਵਾਈ ਜਾਏਗੀ ਡੀ ਜੀ ਪੀ ਸਾਹਿਬ ਨੂੰ ਵੀ ਕਿਹਾ ਜਾਏਗੀ ਔਰ ਅਗਰ ਧਰਨਾ ਲਾਉਣ ਦੀ ਅਗਰ ਇਹ ਨੌਬਤ ਆਈ ਤਾਂ ਧਰਨਾ ਵੀ ਲਾਇਆ ਜਾਏਗਾ ਬਟ ਇਨਸਾਫ਼ ਜਿਹੜਾ ਹੈਗਾ ਇੱਕ ਸੀਨੀਅਰ ਸਿਟੀਜ਼ਨ ਦੇ ਨਾਲ ਇੱਦਾਂ ਦਾ ਵਰਤਾਵ ਕੀਤਾ ਜਾਵੇ ਠੀਕ ਹੈ ਜਿਹੜਾ ਕਿ ਆਊਟ ਆਫ ਜਿਹੜੇ ਹੈਗੇ ਸਿਟੀ ਤੋਂ ਆ ਕੇ ਇੱਥੇ ਆ ਕੇ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ ਜਿਹੜੀ ਵੀ ਚੀਜ਼ਾਂ ਦੇ ਵਿੱਚ ਜਿਹੜੀ ਇਹਨਾਂ ਨਾਲ ਜਿਹੜੀ ਵਧੀਕੀ ਕੀਤੀ ਗਈ ਹੈ ਅਤੇ ਇਹਨਾਂ ਦਾ ਜਿਹੜਾ ਵੀ ਹੈਗਾ ਵਾ ਐਸ ਐਚ ਓ ਜੋ ਕਿਹਾ ਗਿਆ ਵਾ ਆਪਾਂ ਉਹਨਾਂ 'ਤੇ ਵਿਸ਼ਵਾਸ ਕਰਦੇ ਹਾਂ ਕਿ ਉਹ ਸਵੇਰ ਤੱਕ ਜੋ ਵੀ ਇਹ ਪਰਚਾ ਦਰਜ ਕਰਨਗੇ ਨਹੀਂ ਕਰਨਗੇ ਤਾਂ ਫਿਰ ਅਗਲੇ ਜੋ ਵੀ ਰਣਨੀਤੀ ਹੈਗੀ ਹੈ ਉਹ ਕੱਲ੍ਹ ਤੁਹਾਨੂੰ 2 ਵਜੇ ਤੋਂ ਬਾਅਦ ਜਿਹੜੀ ਦੱਸ ਦਿੱਤੀ ਜਾਏਗੀ ਅਤੇ ਆਪਾਂ ਆਹੀ ਆਸ ਕਰਦੇ ਹਾਂ ਕਿ ਜਿਹੜਾ ਦੇਖੋ ਆਲਰੇਡੀ ਜਿਹੜਾ ਹੈਗਾ ਵਾ ਆਪਣੇ ਜਲੰਧਰ ਸ਼ਹਿਰ ਦੇ ਵਿੱਚ ਐਮ ਪੀ ਦੇ ਇਲੈਕਸ਼ਨ ਹੈਗੇ ਆ ਚੋਣ ਜਾਬਤਾਂ ਲੱਗੀਆਂ ਹੋਈਆਂ ਉਹਦੇ ਵਿੱਚ ਇੱਕ ਹਥਿਆਰ ਦਿਖਾ ਕੇ ਇੱਕ ਸੀਨੀਅਰ ਸਿਟੀਜ਼ਨ ਨੂੰ ਕਿਡਨੈਪ ਕਰਨਾ ਬਹੁਤ ਵੱਡੀ ਵਾਰਦਾਤ ਹੈਗੀ ਹੈ ਔਰ ਆਪਾਂ ਭਗਵੰਤ ਮਾਨ ਸੀ ਐਮ ਜਾਮ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਾਰਿਆਂ ਦੇ ਅੱਜ ਇੱਥੇ ਸੁਖਬੀਰ ਬਾਦਲ ਜੀ ਵੀ ਉਹ ਹਰ ਜਿੰਨੇ ਵੀ ਇੱਥੇ ਸੀਨੀਅਰ ਲੀਡਰ ਹੈਗੀ ਹੈ ਲੀਡਰਸ਼ਿਪ ਆਉਣ ਦੇ ਬਾਵਜੂਦ ਵੀ ਇੱਦਾਂ ਦੀਆਂ ਘਟਨਾਵਾਂ ਕਿਡਨੈਪਿੰਗ ਦੀਆਂ ਜਿਹੜੀਆਂ ਹੈਗੀਆਂ ਕਿਉਂ ਕਿਉਂਕਿ ਉਹ ਇੱਕ ਪੋਲੀਟੀਕਲ ਬੰਦੇ ਦਾ ਨਾਲ ਹੈ ਇਹ ਜਦੋਂ ਇਹਦੀ ਜਾਂਚ ਕੀਤੀ ਜਾਏਗੀ ਇਹ ਬਹੁਤ ਵੱਡੀ ਚੀਜ਼ ਨਿਕਲੇਗੀ ਅਤੇ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਕਾਰਨ ਆਪਾਂ ਇਹੀ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਪਰਚਾ ਦਰਜ ਕੀਤਾ ਜਾਵੇ ਔਰ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਧੰਨਵਾਦ ਜੀ